ਹਾਂਜੀ ਦੋਸਤੋ, ਛੇਵੀਂ ਕਲਾਸ ਦਾ ਤੁਹਾਡਾ ਜਿਹੜਾ ਸਤੰਬਰ 2024 ਦਾ ਹਿੰਦੀ ਦਾ ਪੇਪਰ ਹੋਣਾ ਕੱਲ੍ਹ ਨੂੰ। ਅੱਜ ਦੀ ਇਸ ਵੀਡੀਓ 'ਚ ਤੁਹਾਨੂੰ ਆਪਾਂ ਤੁਹਾਡੀ ਤਿਆਰੀ ਕਰਵਾਵਾਂਗੇ, ਇੱਕ ਪੇਪਰ ਕਰਵਾਵਾਂਗੇ, ਇਸ ਲਈ ਵੀਡੀਓ ਨੂੰ ਪੂਰੀ ਦੇਖਿਓ ਅਤੇ ਅੱਗੇ ਤੁਹਾਨੂੰ ਜਿੰਨੇ ਕੁ ਸਲਿਊਸ਼ਨ ਹੋਣਗੇ ਆਪਾਂ ਕਰਵਾ ਦਾਂਗੇ ਅਤੇ ਤੁਹਾਡਾ ਪੇਪਰ ਇਹ ਸ਼ਾਇਦ 80 ਨੰਬਰ ਦਾ ਆਵੇਗਾ। ਅਤੇ ਚਲੋ ਕਰਦੇ ਹਾਂ ਵੀਡੀਓ ਨੂੰ ਸਟਾਰਟ। ਚੈਨਲ 'ਤੇ ਨਵੇਂ ਚੈਨਲ ਨੂੰ ਜਲਦੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਨੋਟੀਫਿਕੇਸ਼ਨ 'ਤੇ ਸੈੱਟ ਕਰ ਲਿਓ, ਅੱਗੇ ਵੀ ਇੱਦਾਂ ਦੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ। ਅਤੇ ਟੈਲੀਗ੍ਰਾਮ ਵਟਸਐਪ ਚੈਨਲ 'ਤੇ ਜੁਆਇਨ ਕਰ ਲਿਓ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਿੰਦੇ ਆਪਾਂ PDF ਅਤੇ ਹੋਰ PSC ਰਿਲੇਟਡ ਅਪਡੇਟਸ ਲਈ। ਹਾਂਜੀ ਦੋਸਤੋ, ਜਿਵੇਂ ਤੁਸੀਂ ਦੇਖ ਸਕਦੇ ਹੋ ਪੇਪਰ ਤੁਹਾਡੇ ਇਸ ਵਿੱਚ ਸੁੰਦਰ ਲਿਖਾਈ ਦੇ 5 ਨੰਬਰ ਮਿਲਣਗੇ। ਅਤੇ ਪਹਿਲਾ ਪ੍ਰਸ਼ਨ ਆਪਾਂ ਲਵੇ ਨਿਮਨਲਿਖਤਿਕ ਬਹੁ ਵਿਕਲਪਿਕ ਪ੍ਰਸ਼ਨੋਂ ਕੇ ਉੱਤਰ ਦੇ। ਹਾਂਜੀ ਦੋਸਤੋ, ਪਹਿਲਾ ਪ੍ਰਸ਼ਨ ਇਸ ਵਿੱਚ ਆਪਾਂ ਲਵੇ ਮਿੱਤਰ ਸ਼ਬਦ ਮੇਂ ਕੌਣ ਸੀ ਮਾਤਰਾ ਕਾ ਪ੍ਰਯੋਗ ਹੁਆ ਹੈ। ਹਾਂਜੀ ਦੋਸਤੋ, ਇਹਦਾ ਆਪਾਂ ਲਵੇ ਆਂਸਰ ਆਊਗਾ ਮਿੱਤਰ 'ਚ ਕਿਹੜੀ ਦਾ ਹੋਇਆ, ਈ ਦਾ, ਯਾਨੀ ਕਿ ਆਪਾਂ ਲਵੇ ਇਹਦਾ ਆਂਸਰ ਆਹ ਆਊਗਾ ਪਹਿਲਾ, ਠੀਕ ਹੈ। ਅਗਲਾ ਹੈਗਾ ਆਪਾਂ ਲਵੇ ਆ ਕੀ ਮਾਤਰਾ ਵਾਲਾ ਸ਼ਬਦ ਚੁਣਕਰ ਲਿਖੇ। ਹਾਂਜੀ ਦੋਸਤੋ, ਆ ਦਾ ਕਿਹੜੀ ਮਾਤਰਾ ਅੱਗੇ ਜੀ ਲੱਗੀ ਹੋਈ ਆ, ਆਮ, ਠੀਕ ਹੈ, ਆਪਸ਼ਨ ਨੰਬਰ 3, ਠੀਕ ਹੈ। ਬੱਚਾ ਸ਼ਬਦ ਕਾ ਸਹੀ ਵਚਨ ਬਦਲ ਕਰ ਲਿਖੇ, ਬੱਚੇ ਦੋਸਤੋ ਵਚਨ ਬਦਲਾਂਗੇ ਆਪਾਂ ਤਾਂ ਬੱਚੇ, ਠੀਕ ਹੈ। ਅਗਲਾ ਹੈਗਾ ਆਪਾਂ ਲਵੇ ਦੋਸਤੋ ਲਾਲਚ ਈ ਸੇ ਨਵਾਂ ਸ਼ਬਦ ਬਣਾਏ, ਲਾਲਚੀ, ਇਹਦਾ ਆਂਸਰ ਆਊਗਾ ਆਪਾਂ ਲਵੇ ਆਹ ਚੌਥਾ, ਠੀਕ ਹੈ। ਇਸ ਤੋਂ ਅੱਗੇ ਪੰਜਵਾਂ ਪ੍ਰਸ਼ਨ ਹੈ ਲੇਖਕ ਸ਼ਬਦ ਕਾ ਇਸਤਰੀ ਲਿੰਗ ਲਿਖੇ। ਹਾਂਜੀ ਦੋਸਤੋ, ਲੇਖਿਕਾ ਕਿਵੇਂ ਲਿਖਾਂਗੇ ਆਪਾਂ, ਆਹ ਆਪਸ਼ਨ ਨੰਬਰ 2 ਇਹਦਾ ਆਂਸਰ ਆਜੂਗਾ। ਇਸ ਤੋਂ ਅੱਗੇ ਤਮ ਯੁਕਤ ਅਕਸ਼ਰ ਨੇ ਸੇ ਕੋਈ ਨਵਾਂ ਸ਼ਬਦ ਬਣਾ ਕਰ ਲਿਖੇ। ਹਾਂਜੀ ਦੋਸਤੋ, ਆਤਮਾ, ਠੀਕ ਹੈ। ਅਗਲਾ ਹੈਗਾ ਆਪਾਂ ਲਵੇ ਦੋਸਤੋ ਮਨੁੱਜ ਸ਼ਬਦ ਕਾ ਪਰਿਵਾਚੀ ਸ਼ਬਦ ਚੁਣੇ। ਹਾਂਜੀ ਇਹਦਾ ਆਂਸਰ ਆਜੂਗਾ ਆਪਾਂ ਲਵੇ ਯੇ ਸਭੀ, ਮਾਨਵ, ਆਦਮੀ, ਮਨੁੱਸ਼, ਠੀਕ ਹੈ। ਅਗਲਾ ਕੁਸ਼ਚਨ ਹੈ ਰਾਬ ਗੱਦਾ ਅਕਸ਼ਰੋਂ ਕੋ ਸਹੀ ਕਰਮ ਮੇਂ ਲਿਖ ਕਰ ਸਾਰਥਕ ਸ਼ਬਦ ਬਣਾਏ। ਹਾਂਜੀ ਦੋਸਤੋ, ਸਾਰਥਕ ਸ਼ਬਦ ਬਣਾਉਣਾ ਆਪਣੇ, ਇਹਦਾ ਆਂਸਰ ਆਜੂ ਆਪਾਂ ਲਵੇ ਇਹਨੂੰ ਸਹੀ ਕਰਕੇ ਲਿਖਣਾ, ਸੋਰੀ, ਰਾਬ ਗਿਆ, ਠੀਕ ਹੈ। ਆਂਸਰ ਆਊਗਾ ਘਬਰਾਇਆ, ਠੀਕ ਹੈ। ਇਸ ਤੋਂ ਅੱਗੇ ਬੜਾ ਸ਼ਬਦ ਕਾ ਵਿਪਰੀਤ ਸ਼ਬਦ ਚੁਣ ਕਰ ਲਿਖੇ। ਹਾਂਜੀ ਦੋਸਤੋ, ਇਹਦਾ ਉਲਟ ਕੀ ਹੋਊਗਾ, ਛੋਟਾ ਬੜੇ ਦਾ, ਠੀਕ ਹੈ, ਆਪਸ਼ਨ ਨੰਬਰ 2। ਇਸ ਤੋਂ ਅੱਗੇ 10 ਚ ਸੇ ਨਵਾਂ, ਦਸਵਾਂ ਕੁਸ਼ਚਨ ਹੈ ਚ ਸੇ ਨਵਾਂ ਸ਼ਬਦ ਬਣਾਏ। ਹਾਂਜੀ ਦਾ ਆਜੂ ਆਪਾਂ ਲਵੇ ਬੱਚੇ, ਆਪਸ਼ਨ ਨੰਬਰ 3। ਇਸ ਤੋਂ ਅੱਗੇ ਬਹੁਵਿਕਲਪਿਕ ਪ੍ਰਸ਼ਨ ਕੇ ਉੱਤਰ ਲਿਖੇ ਬੱਚੋਂ ਨੇ ਭਗਵਾਨ ਸੇ ਕੌਣ ਕੌਣ ਸੇ ਸੰਬੰਧ ਜੋੜੇ ਹੈ। ਹਾਂਜੀ ਤੁਹਾਡੇ ਪੇਪਰ 'ਚੋਂ ਆ, ਜੈ ਇਹਦਾ ਸ਼ਾਇਦ ਜੇ ਸਭੀ ਆ ਸਕਦਾ। ਵਰਸ਼ੋਂ ਕੇ ਬਾਅਦ ਪ੍ਰਕਿਰਤੀ ਕੈਸੇ ਦਿਖਾਈ ਦੇਤੀ ਹੈ, ਇਹ ਤੁਹਾਡੇ ਪੇਪਰ 'ਚੋਂ ਕਹਿ ਰਿਹਾ, ਤੁਹਾਡੀ ਕਿਤਾਬ 'ਚੋਂ ਇਹ ਯਾਦ ਕਰਿਓ, ਕਾਪੀ ਵਿੱਚ ਤੁਹਾਨੂੰ ਕਰਵਾਏ ਹੋਏ ਹੋਣੇ। ਅੱਗੇ ਵੱਧਦੇ ਆਪਾਂ ਬਹੁਵਿਕਲਪਿਕ ਪ੍ਰਸ਼ਨਾਂ ਵੱਲ। ਆਸਮਾਨ ਸ਼ਬਦ ਕਾ ਅਰਥ ਚੁਣ ਕਰ ਲਿਖੇ, ਆਕਾਸ਼, ਠੀਕ ਹੈ। ਅਗਲਾ ਹੈਗਾ ਮਤਲਬ ਸੰਕੇਤ ਸ਼ਬਦ ਕਾ ਅਰਥ ਚੁਣ ਕਰ ਲਿਖੇ, ਸੰਕੇਤ, ਇਹਦਾ ਆਂਸਰ ਆਊਗਾ ਇਸ਼ਾਰਾ। ਪਾਠਸ਼ਾਲਾ ਸ਼ਬਦ ਕਾ ਅਰਥ ਚੁਣ ਕਰ ਲਿਖੇ, ਸਕੂਲ, ਠੀਕ ਹੈ। ਇਸ ਤੋਂ ਅੱਗੇ ਪਦਿਆਂਸ਼ ਕੋ ਪੜ੍ਹ ਕਰ ਪ੍ਰਸ਼ਨ ਕੇ ਉੱਤਰ ਲਿਖੇ। ਹਾਂਜੀ ਦੋਸਤੋ, ਤੁਹਾਨੂੰ ਇਹ ਪੈਰਾ ਦੇ ਰੱਖਿਆ ਛੋਟਾ ਜਿਹਾ, ਇਸ ਵਿੱਚੋਂ ਕੁਸ਼ਚਨ ਪੁੱਛਣੇ ਸੂਰਜ ਕਿਸ ਦਿਸ਼ਾ ਸੇ ਨਿਕਲਤਾ ਹੈ, ਪੂਰਵ ਦਿਸ਼ਾ ਸੇ, ਠੀਕ ਹੈ। ਪਹਿਲੀ ਲਾਈਨ 'ਚ ਆਂਸਰ ਇਸ ਤਰ੍ਹਾਂ ਦੇ ਆਂਸਰ ਲੱਭ ਸਕਦੇ ਹੋ ਤੁਸੀਂ, ਸੂਰਜ ਕੇ ਨਿਕਲਣੇ ਪਰ ਕਿਆ ਫੈਲ ਜਾਤਾ ਹੈ। ਹਾਂਜੀ ਦੋਸਤੋ, ਕਿਆ ਫੈਲ ਜਾਤਾ ਹੈ, ਉਜਾਲਾ ਫੈਲਤਾ ਹੈ, ਠੀਕ ਹੈ। ਸੂਰਜ ਕਿਆ ਸੰਦੇਸ਼ ਲੈ ਕਰ ਆਤਾ ਹੈ, ਹਾਂਜੀ ਦੋਸਤੋ ਸੁਬਹ ਸਵੇਰੇ ਉੱਠਣੇ ਕਾ ਸੰਦੇਸ਼ ਲੈ ਕਰ ਆਤਾ ਹੈ। ਉਜਾਲਾ ਔਰ ਸੰਦੇਸ਼ਾ ਸ਼ਬਦ ਮੈਂ ਅਰਥ ਲਿਖੀਏ, ਉਜਾਲਾ ਮਤਲਬ ਕਿ ਸਵੇਰ ਹੋਣਾ, ਦਿਨ ਚੜ੍ਹਨਾ, ਠੀਕ ਹੈ। ਅਤੇ ਉਦੇਸ਼ ਸੰਦੇਸ਼ ਯਾਨੀ ਕਿ ਦੱਸਣਾ, ਕਿਸੇ ਨੂੰ ਸੰਦੇਸ਼ ਭੇਜਦੇ ਹਾਂ ਜਿਵੇਂ ਆਪਾਂ। ਇਹ ਪੰਕਤੀਆਂ ਕਿਸ ਕਵਿਤਾ ਮੇਂ ਸੇ ਹੈ, ਇਹ ਪੰਕਤੀਆਂ ਕਿਹੜੀ ਕਵਿਤਾ 'ਚ ਇਹਨੂੰ ਲਿਖਦੇ ਹੋ,
ਇਸ ਤੋਂ ਅੱਗੇ ਪ੍ਰਸ਼ਨ ਉੱਤਰ ਆ ਗਿਆ ਬਲਵੇ, ਪ੍ਰਧਾਨ ਪਲੱਸ ਮੰਤਰੀ ਸੇ ਨਇਆ ਸ਼ਬਦ ਬਣਾਏ ਪ੍ਰਧਾਨ ਮੰਤਰੀ, ਤਾਂ ਸੌਖਾ ਹੀ ਹੈ। ਆਜ ਸਥਾਨ ਬਰੇ ਅਤੇ ਕਾ ਯੁੱਗ ਡੈਸ਼ ਹੈ, ਡੈਸ਼ ਕਾ ਯੁੱਗ ਹੈ, ਮਹਿੰਗਾਈ ਕਾ ਯੁੱਗ ਹੈ, ਠੀਕ ਹੈ। ਅਗਲਾ ਹੈਗਾ ਬਲਵੇ ਅਗਲਾ ਸ਼ਬਦ ਕਾ ਵਿਪਰੀਤ ਸ਼ਬਦ ਪਿਛਲਾ ਹੈ, ਬਿਲਕੁਲ ਸਹੀ। ਅਤੇ ਜਸੂਰ ਅਕਸ਼ਰੋਂ ਕੋ ਉਚਿਤ ਕ੍ਰਮ ਮੇਂ ਰੱਖਕਰ ਸਾਰਥਕ ਸ਼ਬਦ ਬਣਾਏ, ਹਾਂਜੀ ਦੋਸਤ ਇਹਨੂੰ ਸਹੀ ਕਰਕੇ ਲਿਖਣਾ ਕੀ ਬਣੂਗਾ, ਸੂਰਜ, ਠੀਕ ਹੈ, ਸੂਰਜ ਲਿਖਦੇ ਬਣਾਂਗੇ। ਵਹਿ ਬਹੁਤ ਇਮਾਨਦਾਰ ਥਾ, ਵਚਨ ਬਦਲ ਕਰ ਲਿਖੇ, ਵਹਿ ਬਹੁਤ ਇਮਾਨਦਾਰ ਥੇ, ਠੀਕ ਹੈ। ਇਸ ਤੋਂ ਅੱਗੇ ਰਾਜਾ ਸ਼ਬਦ ਕੌਣ ਸੀ ਸੰਗਿਆ ਹੈ, ਖਾਸ, ਠੀਕ ਹੈ, ਖਾਸ ਜਾਂ ਫਿਰ ਕਿਹੜੀ ਸੰਗਿਆ ਤੁਸੀਂ ਲਿਖਦੇ ਹੋਏ ਦੇਖ ਕੇ ਕਿਹੜੀ ਹੁੰਦੀ ਹੈ। ਨਿਮਨਲਿਖਿਤ ਪ੍ਰਸ਼ਨ ਦੇ ਉੱਤਰ ਲਿਖੇ, ਅਤੇ ਖਾਸ ਨਹੀਂ ਆਊਗਾ ਇੱਥੇ, ਸੰਗਿਆ ਦਾ ਕੋਈ ਹੋਰ ਪਾਰਟ ਹੁੰਦਾ ਜਿਹੜਾ ਉਹ ਲਿਖਿਓ, ਠੀਕ ਹੈ। ਇਸ ਤੋਂ ਅੱਗੇ ਲੜਕਾ ਸ਼ਬਦ ਕਾ ਇਸਤਰੀ ਲਿੰਗ ਲਿਖੇ, ਲੜਕੀ, ਆਪਣਾ ਫਿਰ ਮੇਰਾ ਘਰ ਬਣਾ ਅਤੇ ਮਹਿਲ, ਠੀਕ ਹੈ। ਇਸ ਤੋਂ ਅੱਗੇ ਦਰਸ਼ਕ ਸ਼ਬਦ ਮੇ ਰੇਫ ਕਾ ਪ੍ਰਯੋਗ ਹੋਇਆ ਹੈ, ਹਾਂਜੀ ਦੋਸਤੋ ਇਹ ਤੁਹਾਡੇ ਚੈਪਟਰ 'ਚ ਆ ਗਿਆ। ਅੱਛਾ ਸ਼ਬਦ ਕਾ ਵਿਪਰੀਤ ਸ਼ਬਦ ਕੀ ਹੋਗਾ, ਬੁਰਾ। ਖਿਲਾੜੀ ਸ਼ਬਦ ਕਾ ਬਹੁਵਚਨ ਬਤਾਏ, ਖਿਲਾੜੀ, ਖਿਲਾੜੀ ਦਾ ਬਣੂਗਾ, ਖਿਲਾੜੀ ਬਣੂਗਾ ਨਾ, ਕਿਤਨੇ ਖਿਲਾੜੀ ਹੈ। ਅਗਲਾ ਹੈਗਾ ਸ਼ਬਦ ਕੋ ਸ਼ੁੱਧ ਕਰ ਕਰ ਲਿਖੇ, ਲੜਕਾ, ਲੜਕਾ ਸ਼ੁੱਧ ਕਿਵੇਂ ਹੋਊਗਾ, ਇੱਥੇ ਥੱਲੇ ਬਿੰਦੀ ਆ ਜੂਗੀ, ਲੜਕਾ। ਇਸ ਤੋਂ ਅੱਗੇ ਬਾਗ ਖ ਆ ਗਿਆ ਮਤਲਬੇ, ਪ੍ਰਸ਼ਨੋ ਕੇ ਉੱਤਰ ਲਿਖੇ, ਅਤੇ ਤੁਹਾਡੇ ਚੈਪਟਰ 'ਚੋਂ ਆਏ ਨੇ ਦੋਸਤੋ, ਤੁਸੀਂ ਇੱਕ ਵਾਰ ਦੇਖ ਲਿਓ ਕਿਵੇਂ ਨੇ ਇਹ ਕੁਸ਼ਚਨ ਆਂਸਰ, ਆਪਣੀ ਕਾਪੀ 'ਚੋਂ ਕਰਿਓ। ਇਸ ਤੋਂ ਅੱਗੇ ਵੱਡੇ ਕੁਸ਼ਚਨ ਆਂਸਰ ਆ ਗਿਆ ਮਤਲਬੇ, ਆਪਸ਼ਨਾਂ ਤੁਹਾਨੂੰ ਇਸ ਵਿੱਚ ਆਉਣਗੀਆਂ। ਭਾਗ ਕ ਆ ਗਿਆ ਮਤਲਬੇ, ਜਿਵੇਂ ਅਸੀਂ ਕਿੰਨੀ ਚਾਰ ਪੰਜਾਬੀ ਸ਼ਬਦੋਂ ਕੋ ਹਿੰਦੀ ਮੇਂ ਲਿਖੇ, ਹੱਥ, ਹੱਥ ਆ ਗਿਆ ਸਮਾਂ, ਸਮਾਂ, ਠੀਕ ਹੈ। ਸਮੇਂ ਨੂੰ ਹਿੰਦੀ 'ਚ ਕਿਵੇਂ ਲਿਖਾਂਗੇ ਆਪਾਂ, ਸਮੇਂ ਹੈ, ਸਮ ਹੀ ਹੈ, ਐਵੇਂ ਹਿੰਦੀ 'ਚ ਪੈਣਾ, ਠੀਕ ਹੈ। ਮਿਹਨਤ, ਮਿਹਨਤ ਹਿੰਦੀ 'ਚ ਲਿਖਦੇ ਹੋ ਸੌਖੀ ਹੈ ਤਾਂ। ਇਸ ਤੋਂ ਅੱਗੇ ਮਤਲਬ ਬਾਗ ਗ ਆ ਗਿਆ, ਨਿਮਨਲਿਖਿਤ ਮੇਂ ਸੇ ਕਿੰਨੀ ਦੋ ਮੁਹਾਵਰੇ ਲਿਖੇ, ਹਾਂਜੀ ਮੁਹਾਵਰੇ ਕਰਨੇ ਨੇ, ਨਾਨੀ ਯਾਦ ਆਉਣਾ, ਅਤੇ ਅਗਲਾ ਹੈਗਾ ਮਤਲਬ ਇਹ ਕਰ ਲਿਓ ਦੇਖ ਕੇ ਮਾੜਾ ਜਿਹਾ ਕਿਵੇਂ ਇਹ ਜੀਵਨ ਲੀਲਾ ਸਮਾਪਤ ਹੋ ਜਾਣਾ, ਠੀਕ ਹੈ। ਅਤੇ ਅਗਲਾ ਹੈਗਾ ਮਤਲਬ ਬਿਮਾਰੀ ਕੇ ਕਾਰਨ ਅਵਕਾਸ਼ ਲੈਣੇ ਕੇ ਲਈ ਵਿਦਿਆਲਿਆ ਕੋ ਪੱਤਰ ਲਿਖੇ, ਹਾਂਜੀ ਦੋਸਤੋ ਇਹ ਕਰ ਲਿਓ ਤੁਸੀਂ। ਇਸ ਤੋਂ ਅੱਗੇ ਇੱਕ ਵਿਸ਼ੇ ਪਰ ਲੇਖ ਲਿਖੇ, ਲੇਖ ਲਿਖਣਾ ਗਾ, ਮੇਰੇ ਪਰਿਚੈ ਅਤੇ ਮੇਰਾ ਸਕੂਲ, ਮੇਰਾ ਗਾਉਂ, ਠੀਕ ਹੈ। ਇਸ ਤੋਂ ਅੱਗੇ ਇੱਕ ਕਹਾਣੀ ਲਿਖਣੀ, ਆਪਣੇ ਲਾਲਚੀ ਕੁੱਤਾ ਪਿਆਸਾ ਕੋਆ ਚਲਾਕ ਲੋਮੜੀ, ਇੱਕ ਕਹਾਣੀ ਕਰ ਦਿਓ। ਬਾਕੀ ਇੱਦਾਂ ਤੁਹਾਡੇ ਇੰਪੋਰਟੈਂਟ ਕੁਸ਼ਚਨ ਵਾਲਾ ਪੇਪਰ ਹੈ ਜਿਹੜਾ ਕੰਪਲੀਟ ਹੋ ਜਾਂਦਾ। ਚੈਨਲ ਦੇ ਨਾਲ ਜਲਦੀ ਸਬਸਕ੍ਰਾਈਬ ਕਰ ਲਓ, ਚੈਨਲ ਨੂੰ ਬੈਲ ਆਈਕਨ ਨਾਲ ਲੱਗੀ ਕੰਟੀਨਿਊ ਆਲ ਨੋਟੀਫਿਕੇਸ਼ਨ ਦੇ ਸੈਟ ਜ਼ਰੂਰ ਕਰਿਓ, ਸਬਸਕ੍ਰਾਈਬ ਕਰਕੇ ਅਗਲੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ, ਅਤੇ ਵੀਡੀਓ ਨੂੰ ਸ਼ੇਅਰ ਕਰਿਓ, ਲਾਈਕ ਕਰਿਓ ਅਤੇ ਕਮੈਂਟ ਕਰਿਓ। ਅਗਲਾ ਪੇਪਰ ਤੁਹਾਡਾ ਕਾਹਦਾ, ਅਤੇ ਧੰਨਵਾਦ, ਜਲਦੀ ਮਿਲਦੇ ਹਾਂ ਅਗਲੀ ਵੀਡੀਓ 'ਚ। ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਚੈਨਲ ਨੂੰ ਟੈਲੀਗ੍ਰਾਮ ਵਟਸਐਪ ਚੈਨਲ 'ਤੇ ਜੁਆਇਨ ਕਰ ਲਿਓ।